ਮੇਰਾ ਨਾਂ ਰਕੇਸ਼ ਕੁਮਾਰ ਜਿੰਤੀਪੁਰ ਹੈ। ਮੈਂ ਜ਼ਿਲ੍ਹਾ ਜਨਰਲ ਸਕੱਤਰ ਜਲ ਸਪਲਾਈ ਸੈਨੀਟੇਸ਼ਨ ਇੰਪਲਾਈ ਯੂਨੀਅਨ ਤੋਂ ਹਾਂ। ਅੱਜ ਆਪਾਂ ਜਿਹੜਾ ਰੋਸ ਮਾਰਚ ਕਰਕੇ ਪੁਤਲਾ ਸਾੜਿਆ ਪੰਜਾਬ ਸਰਕਾਰ ਦਾ, ਵਿੱਤ ਮੰਤਰੀ ਦਾ ਖਾਸ ਕਰਕੇ, ਉਹ ਇਸ ਕਰਕੇ ਆ ਵੀ ਪੰਜਾਬ ਸਰਕਾਰ ਜਿਹੜੀਆਂ ਲਗਾਤਾਰ ਜਦੋਂ ਦੀ ਹੋਂਦ ਵਿੱਚ ਆਈ ਆ ਤਕਰੀਬਨ ਕੋਈ ਵੀ ਤਨਖਾਹ ਇਹਨਾਂ ਜਿਹੜੀ ਆ ਮਤਲਬ ਟਾਈਮ ਸਿਰ ਨਹੀਂ ਦਿੱਤੀ। ਹੁਣ ਵੀ 4 ਤਰੀਕ ਹੋ ਗਈ ਆ, ਇਹਨਾਂ ਤਨਖਾਹ ਜਿਹੜੀ ਬੰਦ ਕੀਤੀ ਆ, ਜਦਕਿ ਇਹਨਾਂ ਵਾਸਤੇ ਇਹੋ ਹੀ ਕੋਈ ਕਾਰਨ ਹੁੰਦਾ ਜੀ, ਖਜ਼ਾਨਾ ਖਾਲੀ ਆ, ਖਜ਼ਾਨਾ ਖਾਲੀ ਆ। ਜਦੋਂ ਇਹ ਬਾਦਲ ਸਰਕਾਰ ਦੇ ਵੇਲੇ ਖਜ਼ਾਨਾ ਮੰਤਰੀ ਸੀ, ਉਸ ਵੇਲੇ ਦਾ ਇਹੋ ਬਿਆਨ ਹੁੰਦਾ ਜੀ, ਖਜ਼ਾਨਾ ਖਾਲੀ ਆ। ਹੁਣ ਇਹ ਕਾਂਗਰਸ 'ਚ ਆ ਗਿਆ, ਹੁਣ ਵੀ ਕਹਿੰਦਾ ਖਜ਼ਾਨਾ ਖਾਲੀ ਆ। ਜਦੋਂ ਇਹਨਾਂ ਨੇ ਬਾਦਲ ਸਰਕਾਰ ਨੇ ਇਹਨੂੰ ਖਜ਼ਾਨੇ 'ਚੋਂ ਕੱਢ ਦਿੱਤਾ, ਫਿਰ ਵੀ ਲਗਾਤਾਰ ਤਨਖਾਹਾਂ ਦਿੰਦੀ ਸੀ, ਹੋਰ ਹੀ ਸਾਰੇ ਕੰਮ ਕਰਦੀ ਰਹੀ। ਹੁਣ ਕਾਂਗਰਸ ਦੇ ਵਿੱਚ ਆ ਕੇ ਇਹ ਵੀ ਗੱਲ ਕਹਿ ਰਿਹਾ, ਹੁਣ ਵੇਖੋ ਇੱਕ ਮੁਲਾਜ਼ਮ ਜਿਹੜਾ 35 ਸਾਲ 40 ਸਾਲ ਕੰਮ ਕਰਦਾ, ਉਹਨੂੰ ਇੱਕ ਵਾਰੀ ਪੈਨਸ਼ਨ ਮਿਲਦੀ, ਉਹ ਵੀ ਨਿਗੂਣੀ ਜਿਹੀ ਪੈਨਸ਼ਨ ਅੱਜ ਕੱਲ੍ਹ ਕਰਦੀ NPS। ਜਦਕਿ ਇਹ ਮੰਤਰੀ ਜਿਹੜੇ ਜੇ 4 ਵਾਰੀ MLA ਬਣਦੇ ਜਾਂ 4 ਵਾਰੀ ਮੰਤਰੀ ਬਣਦੇ ਆ, ਇਹਨਾਂ ਨੂੰ 4 ਵਾਰ ਦੀ ਹੀ ਪੈਨਸ਼ਨ ਦਿੱਤੀ ਜਾਂਦੀ ਆ। ਕੀ ਇਹ ਜਾੜਾ ਨਹੀਂ ਹੈ? ਕੀ ਇਹ ਦੇਸ਼ ਦੇ ਨਾਗਰਿਕਾਂ ਤੇ ਬੋਝ ਨਹੀਂ ਆ? ਇਹ ਆਪਣਾ ਬੋਝ ਤੇ ਘਟਾਉਂਦੇ ਨੇ, ਆਪਣੇ ਖਰਚੇ ਘਟਾਉਂਦੇ ਨੇ। ਮੁਲਾਜ਼ਮਾਂ ਦਾ ਸਿਰਫ ਕਹਿੰਦੇ ਇਹਨਾਂ ਦੀਆਂ ਤਨਖਾਹਾਂ ਬੜੀਆਂ, ਇਹਨਾਂ ਦੀਆਂ ਤਨਖਾਹਾਂ ਬੜੀਆਂ। ਜਦਕਿ ਤੁਸੀਂ ਵੇਖ ਹੀ ਲਿਆ, ਤੁਹਾਡੇ ਸਾਹਮਣੇ 4 ਤਰੀਕ ਆ, ਤਨਖਾਹਾਂ ਜੇ ਸਾਡੀਆਂ ਇੰਨੀਆਂ ਜ਼ਿਆਦਾ ਹੋਣ ਤੇ ਫਿਰ ਆਪਾਂ ਕਿਉਂ ਪ੍ਰੋਟੈਸਟ ਕਰੀਏ? ਸਾਡੀਆਂ ਨਿਗੂਣੀਆਂ ਜਿਹੀਆਂ ਤਨਖਾਹਾਂ ਲੈ ਕੇ ਅਸੀਂ ਗੁਜ਼ਾਰਾ ਕਰਨੇ ਆ, ਜਦਕਿ ਪੰਜਾਬ ਸਰਕਾਰ ਇਹ ਵੀ ਦਿਨ ਤੋਂ ਇਨਕਾਰੀ ਆ। ਹੁਣ ਸਾਡੇ ਸੂਬੇ ਦੀ ਟੀਮ, ਸਾਡੇ ਸੂਬੇ ਦੇ ਜਰਨੈਲ ਸੁਖਜਿੰਦਰ ਸਿੰਘ ਜੀ ਮੈਣੀ ਆ, ਜਿਹੜੇ ਅੱਗੋਂ ਪ੍ਰੋਗਰਾਮ ਲਿਖਣਗੇ, ਮਨਪ੍ਰੀਤ ਬਾਦਲ ਦੇ ਘਰ ਦਾ ਘਰਾ ਹੋਵੇ ਜਾਂ ਉਹਨੂੰ ਕੋਠੀ ਦੇ ਵਿੱਚ ਮਤਲਬ ਕਰਨਾ ਹੋਵੇ ਜਾਂ ਹੋਰ ਕੋਈ ਜਿਹੜਾ ਵੀ ਪ੍ਰੋਗਰਾਮ ਦੇਣਗੇ, ਅਸੀਂ ਇਹਨ ਬਿੰਨ ਨੂੰ ਲਾਗੂ ਕਰਾਂਗੇ। ਅੰਮ੍ਰਿਤਸਰ ਜ਼ਿਲ੍ਹੇ ਦੀਆਂ ਨਹੀਂ ਮਿਲ ਰਹੀਆਂ ਜਾਂ ਬਾਹਰ ਦੇ ਜ਼ਿਲ੍ਹੇ? ਨਹੀਂ, ਟੋਟਲ ਪੂਰੇ ਪੰਜਾਬ ਦੀਆਂ ਇਹਨਾਂ ਨੇ ਜਿਹੜੀਆਂ ਦਿੱਤੀਆਂ ਨੇ, ਅਸੀਂ ਸ਼ੁਰੂਆਤ ਕਰ ਦਿੱਤੀ ਅੱਜ ਜ਼ਿਲ੍ਹਾ ਅੰਮ੍ਰਿਤਸਰ ਤੋਂ ਪੁਤਲੇ ਸਾੜਨ ਦੀ, ਔਰ ਜੇ ਇਹਨਾਂ ਨੇ ਜਲਦੀ ਤਨਖਾਹਾਂ ਨਾ ਦਿੱਤੀਆਂ ਤੇ ਫਿਰ ਪੁਤਲੇ ਵੀ ਸਾੜਾਂਗੇ, ਹੋਰ ਪ੍ਰੋਗਰਾਮ ਵੀ ਜਿਹੜਾ ਹੋਊਗਾ ਕਰਾਂਗੇ ਪੰਜਾਬ ਦੇ ਵਿੱਚ। ਜੀ ਬਿਲਕੁਲ ਜੀ, ਤੁਹਾਡਾ? ਮੇਰਾ ਨਾਂ ਜੀ ਸੁਖਨੰਦਨ ਮਹਿਣੀ ਆ, ਸੂਬਾ ਪ੍ਰਧਾਨ ਵਾਟਰ ਸਪਲਾਈ ਮਾਸਟਰ ਵੱਲੋਂ ਪਲਾਈ ਜੁਨੇ ਪੰਜਾਬ ਜੀ। ਅੱਜ ਜਿਹੜਾ ਧਰਨਾ ਕੀਤਾ ਜਾ ਰਿਹਾ, ਕਿਉਂ ਕੀਤਾ ਜਾ ਰਿਹਾ ਧਰਨਾ? ਅੱਜ ਵੇਖੋ ਜੀ, ਸਾਡਾ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ 1 ਤਰੀਕ ਨੂੰ ਪੈਣੀਆਂ ਹੁੰਦੀਆਂ, ਤੇ ਬੀਤੇ ਦਿਨੀ ਵਿੱਤ ਮੰਤਰੀ ਜਿਹੜਾ ਉਹਨੇ ਦਵਾਈ ਪੇਟ ਦਿੱਤੀ ਆ ਵੀ ਸਾਡੇ ਕੋਲ ਪੈਸਾ ਕੋਈ ਨਹੀਂ ਹੈਗਾ ਤੇ ਅਸੀਂ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦੇਣੀ। ਅਸੀਂ ਤੇ ਹੈਰਾਨ ਆ ਵੀ ਜੇ ਜਿਹੜੇ ਮੁਲਾਜ਼ਮ ਕੰਮ ਕਰਕੇ ਕਮਾ ਕੇ ਸਰਕਾਰ ਨੂੰ ਦੇ ਰਹੇ, ਉਹਨਾਂ ਵਾਸਤੇ ਨਹੀਂ ਪੈਸੇ ਹੈਗੇ, ਤੇ ਇਹ ਕੀ ਕੁਰਸੀਆਂ ਤੇ ਬੈਠੇ ਕਰਦੇ ਆ ਵੀ ਫਿਰ ਘਰਾਂ ਨੂੰ ਜਾਣ ਦੀ? ਤੇ ਸਾਡੇ ਵਾਸਤੇ ਖਜ਼ਾਨਾ ਖਾਲੀ, ਇਹਨਾਂ ਵਾਸਤੇ ਕੋਈ ਖਾਲੀ ਨਹੀਂ। ਇਹ ਸਾਰੇ ਕੰਮ ਕਰੀ ਜਾ ਰਿਹਾ। ਬੀਤੇ ਦਿਨ ਕਬੱਡੀ ਕੱਪ ਮੈਚ ਸ਼ੁਰੂ ਹੋਇਆ, ਉੱਥੇ ਇਹਨਾਂ ਨੇ ਫਿਰ 1000 ਰੁਪਏ ਚੰਡੀਗੜ੍ਹ ਦੇ ਲੋਕਾਂ ਨੂੰ ਉਹਨਾਂ ਨੇ ਅਲੱਗ ਕਰੋੜਾਂ ਰੁਪਇਆ ਲਾ ਕੇ ਤੇ ਉਹ ਅਲੱਗ ਹੀ ਖਵਾਤੇ ਆ ਜੀ। ਦੱਸੋ, ਇੱਕ ਬੰਨੇ ਬਾਬੇ ਨਾਨਕ ਨਾਂ ਤੇ ਕਰ ਰਹੇ ਨੇ, ਦੂਜੇ ਬੰਨੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਰਹੇ ਆ, ਕਿਸੇ ਨੂੰ ਕੋਈ ਮੋਬਾਈਲ ਫੋਨ ਨਹੀਂ ਦੇ ਰਹੇ, ਕਿਸੇ ਨੂੰ ਕੋਈ ਨੌਕਰੀ ਨਹੀਂ ਦੇ ਰਹੇ, ਝੂਠ ਬੋਲ ਬੋਲ ਕੇ ਸਰਕਾਰਾਂ ਬਣਾ ਲੈਂਦੇ ਆ ਜੀ। ਇਸ ਕਰਕੇ ਅਸੀਂ ਅੱਜ ਦਾ ਉਹਨਾਂ ਦਾ ਪੁਤਲਾ ਸਾੜਿਆ, ਜੇਕਰ ਤਨਖਾਹ ਸਾਨੂੰ ਨਾ ਦਿੱਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮਨਪ੍ਰੀਤ ਬਾਦਲ ਦੇ ਦਰਵਾਜ਼ੇ ਮੂਹਰੇ ਵੀ ਚੱਲ ਜਾਣਾ ਸੀ, ਉੱਥੇ ਬੈਠ ਕੇ ਵੀ ਇਹਦੀ ਮੁੱਦਾਬਾਦ ਕਰਾਂਗੇ, ਅਸੀਂ ਇਹਨੂੰ ਘਰੋਂ ਨਿਕਲ ਦੇਣਾ, ਜਿੰਨਾ ਮਰਜ਼ੀ ਸਾਨੂੰ ਸਰਕਾਰ ਰੋਕ ਲਵੇ ਫਿਰ ਅਸੀਂ ਇਹਨੂੰ ਕਰਕੇ ਦਿਖਾਵਾਂਗੇ ਜੀ। ਕਿੰਨੇ ਚਿਰ ਤੋਂ ਤਨਖਾਹ ਨਹੀਂ ਮਿਲਦੀ? ਤਨਖਾਹ ਸਾਡੀ ਮਹੀਨੇ ਦੀ ਹੁੰਦੀ ਹੈ ਜੀ, 1 ਮਹੀਨੇ ਦੀ ਆ 1 ਤਰੀਕ ਨੂੰ ਮਿਲਣੀ ਹੁੰਦੀ ਆ। ਨੁਕਸਾਨ ਵੇਖੋ ਸਾਡਾ ਕਿੰਨਾ, ਸਾਡੇ 2 ਤਰੀਕ ਨੂੰ ਸਾਡੀ ਲੋਨ ਦੀਆਂ ਕਿਸ਼ਤਾਂ ਜਾਂਦੀਆਂ ਜੀ, ਸਾਡਾ 90% ਮੁਲਾਜ਼ਮ ਜਿਹੜਾ ਉਹ ਲੋਨ ਲੈ ਕੇ ਗੁਜ਼ਾਰਾ ਕਰ ਰਿਹਾ, ਕਿਉਂਕਿ ਤਨਖਾਹਾਂ ਜਿਹੜੀਆਂ ਵਾ ਉਹ ਉਹਨਾਂ ਨਾਲ ਗੁਜ਼ਾਰਾ ਨਹੀਂ ਹੁੰਦਾ, ਹੋਰ ਘਰ ਦੇ ਘਰੇਲੂ ਕੰਮ ਵੀ ਉਹਨਾਂ ਮੁਲਾਜ਼ਮਾਂ ਨੇ ਕਰਨੇ ਹੁੰਦੇ ਆ, ਤੇ ਲੋਨ ਦੀ ਕਿਸ਼ਤ ਜੇ 1 ਮਹੀਨਾ ਹੋ ਜਾਵੇ 750 ਰੁਪਇਆ ਨੂੰ ਪੈ ਜਾਂਦਾ ਜੀ। ਸੋ 2 ਤਰੀਕ ਨੂੰ ਕਿਸ਼ਤਾਂ ਜਾਂਦੀਆਂ। ਇਹ ਵੇਖੋ ਜੀ, ਸਰਕਾਰ ਜਿਹੜੀ ਇਹ ਜਾਣਬੁੱਝ ਕੇ ਵਜ੍ਹਾ ਬਣਾਉਂਦੀ ਖਜ਼ਾਨਾ ਖਾਲੀ ਨਹੀਂ ਆ। ਅਗਰ ਇਹਨਾਂ ਕੋਲ ਨਹੀਂ ਸਰਕਾਰ ਚੱਲਦੀ, ਚਲੋ ਮੈਂ ਤੁਹਾਨੂੰ ਵਾਅਦਾ ਕਹਿੰਦਾ ਮੇਰਾ ਕੋਈ ਇੰਨਾ ਸਿਆਸੀ ਤਜਰਬਾ ਰਿਹਾ ਨਹੀਂ, ਮੈਂ ਮੁਲਾਜ਼ਮ ਹੀ ਹਾਂ ਨਾ, 20-30 ਸਾਲ ਨੌਕਰੀ ਕੀਤੀ ਆ, ਲਓ ਮੈਨੂੰ 5 ਦਿਨ ਦੇ ਦਿਓ ਜੀ, ਮੈਂ ਤੁਹਾਨੂੰ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਕੇ ਦੱਸ ਦਾਂਗਾ। ਮੈਂ ਵਾਅਦਾ ਨਾ ਕਹਿੰਦਾ ਮੈਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦਿਆਂਗਾ ਜੀ। ਜੇ ਅਗਰ ਨਹੀਂ ਮੰਗ ਪੂਰੀ ਕਰਦੇ ਤੇ ਅਸੀਂ ਫਿਰ ਉਹਨਾਂ ਦੇ ਦਰਾਂ ਮੂਹਰੇ ਬੈਠਾਂਗੇ ਜੀ, ਜਾ ਕੇ ਮਨਪ੍ਰੀਤ ਬਾਦਲ ਦੇ ਹਲਕੇ 'ਚ ਵੀ ਜਾਵਾਂਗੇ, ਉਹਦੇ ਘਰ ਮੂਹਰੇ ਵੀ ਪ੍ਰੋਟੈਸਟ ਕਰਾਂਗੇ।